ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਖੇਤੀਬਾੜੀ ਬਾਰੇ ਜਾਣਕਾਰੀ ਤੇ। ਸੋ ਕਿਸਾਨ ਵੀਰੋ, ਅੱਜ ਆਪਾਂ ਤੁਹਾਡੇ ਨਾਲ 2851 ਜਿਹੜੀ HD 2851 ਵਰਾਇਟੀ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਕਿ ਕਣਕ ਦੀ ਜਿਹੜੀ HD 2851 ਵਰਾਇਟੀ ਆ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਸੋ ਅੱਜ ਤੁਹਾਨੂੰ HD 2851 ਬਾਰੇ ਜਾਣਕਾਰੀ ਦੇਵਾਂਗੇ ਕਿ ਇਹ ਪੱਕਣ ਵਿੱਚ ਕਿੰਨਾ ਸਮਾਂ ਲੈਂਦੀ ਆ, ਕਦੋਂ ਇਸ ਦੀ ਬਿਜਾਈ ਕਰ ਸਕਦੇ ਹਾਂ, ਕਿੰਨਾ ਆਪਾਂ ਇਹਦਾ ਬੀਜ ਪਾ ਸਕਦੇ ਹਾਂ, ਕਦੋਂ ਇਹਦੇ ਸਿੱਟੇ ਨਿਕਲ ਆਉਂਦੇ ਆ, ਉਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਅੱਜ ਦੇਵਾਂਗੇ। ਸੋ ਜੋ ਨਵੇਂ ਕਿਸਾਨ ਵੀਰ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਕਿਸਾਨ ਵੀਰੋ, ਜਿਹੜੀ HD 2851 ਕਣਕ ਦੀ ਵਰਾਇਟੀ ਆ ਇਹ IARI ਪੂਸਾ ਦਿੱਲੀ ਦੀ ਵਰਾਇਟੀ ਆ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ ਜਿਨ੍ਹਾਂ ਵੱਲੋਂ ਹੁਣ HD 3226 ਨਵੀਂ ਵਰਾਇਟੀ ਕੱਢੀ ਗਈ ਆ, ਉਹਨਾਂ ਵੱਲੋਂ ਹੀ ਇਹ ਵਰਾਇਟੀ 2005 ਦੇ ਵਿੱਚ ਡਿਵੈਲਪ ਕੀਤੀ ਗਈ ਸੀ, ਜਿਸ ਦਾ ਬੀਜ 2006 ਦੇ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ ਸੀ। ਜਿਹੜੀ ਐਵਰੇਜ ਯੀਲਡ ਯੂਨੀਵਰਸਿਟੀ ਵੱਲੋਂ ਜਾਂ ਇਹ ਸੈਂਟਰ ਦੇ ਵੱਲੋਂ ਇਸ ਦਾ ਔਸਤਨ ਝਾੜ ਸੀਗਾ ਉਹ 19 ਤੋਂ ਲੈ ਕੇ 23 ਕੁਇੰਟਲ ਤੱਕ ਔਸਤਨ ਝਾੜ ਦੱਸਿਆ ਗਿਆ ਸੀ ਕਿ ਆਪਣੇ ਖੇਤਾਂ ਦੇ ਵਿੱਚ 19 ਕੁਇੰਟਲ ਤੋਂ ਲੈ ਕੇ 23 ਕੁਇੰਟਲ ਤੱਕ ਝਾੜ ਦੇ ਸਕਦੀ ਆ। ਜਿਹੜੀ ਇਹ ਵਰਾਇਟੀ ਸੀਗੀ ਇਹ ਆਮ ਤੌਰ 'ਤੇ ਜਿਹੜੀ ਦਿੱਲੀ ਦਾ ਏਰੀਆ ਹੈਗਾ, ਨੈਸ਼ਨਲ ਕੈਪੀਟਲ ਰੀਜਨ ਜਾਂ ਦਿੱਲੀ ਦੇ ਨਾਲ ਲੱਗਦੇ ਲੱਗਦੇ ਜਿੰਨੇ ਇਲਾਕੇ ਸੀਗੇ, ਜੀਂਦ, ਹਿਸਾਰ, ਇਹ ਇਲਾਕਿਆਂ ਦੇ ਵਿੱਚ ਇਸ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਪਰ ਜਿਹੜੇ ਹਰਿਆਣੇ ਦੇ ਹੋਰ ਸਿਰਸਾ ਇਹੋ ਜਿਹੇ ਇਲਾਕੇ ਹੈਗੇ ਆ ਜਾਂ ਆਪਣੇ ਪੰਜਾਬ ਦੇ ਬਾਰਡਰ 'ਤੇ ਵੀ ਜਿਹੜੇ ਇਲਾਕੇ ਹੈਗੇ ਆ, ਸਰਦੂਲਗੜ੍ਹ, ਇਹ ਇਲਾਕੇ ਵੀ ਇਸ ਕਣਕ ਦੀ ਬਿਜਾਈ ਪਿਛਲੇ 12-13 ਸਾਲਾਂ ਤੋਂ ਕਰ ਰਹੇ ਆ ਕਿਸਾਨ ਵੀਰ। ਅਤੇ ਕਿਸਾਨ ਵੀਰਾਂ ਦਾ ਦੱਸਣਾ ਕਿ ਇਹ ਜਿਹੜੀ ਕਣਕ ਆ ਇਹ ਲਗਭਗ ਆਪਾਂ ਨੂੰ 24 ਤੋਂ ਲੈ ਕੇ 26-27 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਝਾੜ ਦੇ ਜਾਂਦੀ ਆ। ਇਹ ਵਰਾਇਟੀ ਜ਼ਿਆਦਾ ਅਗੇਤੀ ਵੀ ਨਹੀਂ ਆਪਾਂ ਨੂੰ ਬੀਜਣੀ ਪੈਂਦੀ। ਇਹਦੀ ਬਿਜਾਈ ਦਾ ਸਮਾਂ ਕਿਸਾਨ ਵੀਰੋ 10 ਨਵੰਬਰ ਤੋਂ ਲੈ ਕੇ ਲਗਭਗ 25 ਨਵੰਬਰ ਤੱਕ ਆਪਾਂ ਇਸ ਨੂੰ ਬੀਜ ਸਕਦੇ ਹਾਂ। ਹੋਰ ਜੇ ਇਸ ਨੂੰ ਲੇਟ ਬੀਜਣਾ ਤਾਂ ਉਹਦੇ ਨਾਲ ਥੋੜ੍ਹਾ ਜਿਹਾ ਝਾੜ 'ਤੇ ਫਰਕ ਪੈਂਦਾ, ਪਰ ਆਪਾਂ ਬੀਜ ਨੂੰ 5 ਦਸੰਬਰ ਤੱਕ ਵੀ ਸਕਦੇ ਹਾਂ। ਜੇਕਰ 5 ਦਸੰਬਰ ਤੱਕ ਇਹਨੂੰ ਬੀਜਦੇ ਹਾਂ ਤਾਂ ਝਾੜ 'ਤੇ ਥੋੜ੍ਹਾ ਬਹੁਤ ਅਸਰ ਪੈਂਦਾ। ਅਤੇ ਜੇ ਆਪਾਂ ਇਹਦੇ ਸੀਡ ਰੇਟ ਦੀ ਗੱਲ ਕਰੀਏ ਤਾਂ ਜਿਹੜਾ IARI ਦਿੱਲੀ ਵੱਲੋਂ ਇਹਦੀ ਸੀਡ ਦੀ ਸਿਫਾਰਿਸ਼ ਸੀਗੀ ਕਿ ਆਪਾਂ ਇਹਦਾ ਕਿੰਨਾ ਬੀਜ ਪਾਉਣਾ, ਤਾਂ ਉਹਨਾਂ ਵੱਲੋਂ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੀ ਸਿਫਾਰਿਸ਼ ਕੀਤੀ ਗਈ ਸੀ। ਪਰ ਜਿਹੜੇ ਕਿਸਾਨ ਵੀਰ ਇਸ ਨੂੰ ਪਿਛਲੇ ਲੰਮੇ ਸਮੇਂ ਤੋਂ ਬੀਜ ਰਹੇ ਆ ਉਹਨਾਂ ਦਾ ਮੰਨਣਾ ਇਹ ਆ ਕਿ ਜਿਹੜੀ ਇਹ ਵਰਾਇਟੀ ਆ ਇਹ ਘੱਟ ਬੂਝਾ ਮਾਰਦੀ ਆ, ਇਹਦੇ ਟਿੱਲਰ ਘੱਟ ਨਿਕਲਦੇ ਆ, ਇਸ ਲਈ ਜੇਕਰ ਆਪਾਂ ਇਹਦਾ ਸੀਡ ਰੇਟ ਵਧਾ ਕੇ ਬੀਜਦੇ ਹਾਂ, ਜਿਵੇਂ ਕਿ 40 ਕਿਲੋ ਦੀ ਜਗ੍ਹਾ ਆਪਾਂ ਜੇਕਰ 55 ਜਾਂ 60 ਕਿਲੋ ਬੀਜ ਪਾਉਂਦੇ ਹਾਂ ਤਾਂ ਉਹਦੇ ਨਾਲ ਜਿਹੜੇ ਬੂਟੇ ਆ ਉਹ ਜ਼ਿਆਦਾ ਸੰਘਣੇ ਹੋ ਜਾਂਦੇ ਆ, ਫਸਲ ਜ਼ਿਆਦਾ ਭਾਰੀ ਹੋ ਜਾਂਦੀ ਹੈ, ਜਿਹਦੇ ਨਾਲ ਆਪਣਾ ਝਾੜ ਵੀ ਜ਼ਿਆਦਾ ਹੁੰਦਾ। ਇੱਕ ਹੋਰ ਖਾਸ ਗੱਲ ਆ ਇਸ ਵਰਾਇਟੀ ਦੀ ਕਿ ਇਹ ਵਰਾਇਟੀ ਡਿੱਗਦੀ ਵੀ ਘੱਟ ਆ। ਇੱਕ ਤਾਂ ਇਹ ਪਿਛੇਤੀ ਬਿਜਾਈ ਹੋਣ ਕਰਕੇ ਜਿਹੜੀ ਇਹਦੀ ਹਾਈਟ ਹੁੰਦੀ ਆ, ਜਿਹੜੀ ਇਹਦੀ ਲੰਬਾਈ ਉਚਾਈ, ਇਹ 85 ਸੈਂਟੀਮੀਟਰ ਤੱਕ, ਵੱਧ ਤੋਂ ਵੱਧ 85 ਸੈਂਟੀਮੀਟਰ ਤੱਕ ਜਾਂਦੀ ਆ। ਘੱਟ ਉਚਾਈ ਹੋਣ ਕਰਕੇ, ਘੱਟ ਹਾਈਟ ਹੋਣ ਕਰਕੇ ਇਹਦੇ ਵਿੱਚ ਡਿੱਗਣ ਦੀ ਸਮੱਸਿਆ ਵੀ ਘੱਟ ਆਉਂਦੀ ਆ। ਸੋ ਜਿਹੜੀ ਅਗਲੀ ਖਾਸ ਗੱਲ ਇੱਕ ਹੋਰ ਆ ਕਿਸਾਨ ਵੀਰੋ ਕਿ ਜਿਹੜੀ ਇਹ ਵਰਾਇਟੀ ਆ ਇਹ ਲਗਭਗ ਆਪਣੀ 80-85 ਦਿਨਾਂ ਦੇ ਵਿੱਚ ਵਿੱਚ ਸਿੱਟੇ ਕੱਢ ਆਉਂਦੀ ਆ। ਜਿਹੜੇ ਸਿੱਟੇ ਹੁੰਦੇ ਆ ਉਹ ਇਹਦੇ ਵਿੱਚ 80-85 ਦਿਨਾਂ ਦੇ ਵਿੱਚ ਆ ਜਾਂਦੀ ਆ। 80-85 ਦਿਨਾਂ ਤੋਂ ਬਾਅਦ ਇਹ 30-35 ਜਾਂ 40 ਕੁ ਦਿਨ ਜਿਹੜੇ ਸਿੱਟਿਆਂ ਦੇ ਵਿੱਚ ਖੁਰਾਕ ਭਰਨ ਦਾ ਕੰਮ ਕਰਦੀ ਆ, ਦਾਣੇ ਭਰਨ ਦਾ ਕੰਮ ਕਰਦੀ ਆ। ਅਤੇ ਲਗਭਗ ਆਪਾਂ ਇਸ ਨੂੰ 130-135 ਜਾਂ 140 ਕੁ ਦਿਨਾਂ ਤੱਕ ਇਹਨੂੰ ਵੱਢ ਕੇ ਆਪਾਂ ਵੱਢ ਸਕਦੇ ਹਾਂ, ਇਹ ਪੱਕ ਕੇ ਤਿਆਰ ਹੋ ਜਾਂਦੀ ਆ। ਜਿਹੜੀ ਇਹ ਕਣਕ ਦੀ ਵਰਾਇਟੀ ਆ ਕਿਸਾਨ ਵੀਰੋ, ਘੱਟ ਸਮਾਂ ਲੈਣ ਵਾਲੀ ਵਰਾਇਟੀ ਆ, ਵਧੀਆ ਝਾੜ ਦੇਣ ਵਾਲੀ ਵਰਾਇਟੀ ਆ। ਪਰ ਜ਼ਿਆਦਾ ਲੰਮੇ ਸਮੇਂ ਤੋਂ, ਜਿਵੇਂ ਹੁਣ 2005 ਦੀ ਇਹ ਵਰਾਇਟੀ ਆਈ ਆ ਅਤੇ 13-14 ਸਾਲ ਇਸ ਨੂੰ ਕਿਸਾਨ ਵੀਰ ਲਗਾਤਾਰ ਬੀਜ ਰਹੇ ਆ, ਲਗਾਤਾਰ ਬੀਜਣ ਕਰਕੇ ਇਹਦੇ ਵਿੱਚ ਜਿਹੜੀ ਬਿਮਾਰੀਆਂ ਦੇ ਨਾਲ ਟਾਕਰਾ ਕਰਨ ਦੀ ਸਮਰੱਥਾ ਸੀ ਉਹ ਘੱਟ ਗਈ ਆ। ਹੁਣ ਇਸ ਦੇ ਵਿੱਚ ਪੀਲੀ ਕੁੰਗੀ, ਭੂਰੀ ਕੁੰਗੀ ਅਤੇ ਜਾਂ ਜਿਹੜੀ ਲੂਸ ਸਮੱਟ ਜਾਂ ਫਲੈਗ ਸਮੱਟ ਦੀਆਂ ਬਿਮਾਰੀਆਂ ਹੈਗੀਆਂ ਉਹ ਵੇਖਣ ਨੂੰ ਮਿਲਦੀਆਂ। ਪਰ ਜਿਹੜੀ ਫਲੈਗ ਸਮੱਟ ਜਾਂ ਲੂਸ ਸਮੱਟ ਬਿਮਾਰੀ ਆ, ਜਦੋਂ ਆਪਾਂ ਸੀਡ ਨੂੰ ਟ੍ਰੀਟ ਕਰਕੇ ਬੀਜਦੇ ਹਾਂ ਵੀਟਾਵੈਕਸ ਦੇ ਨਾਲ, ਤਾਂ ਉਹ ਬਿਮਾਰੀਆਂ ਦੇ ਕਾਬੂ ਪਾਇਆ ਜਾ ਸਕਦਾ। ਪਰ ਜਿਹੜੀ ਪੀਲੀ ਕੁੰਗੀ ਦੀ ਬਿਮਾਰੀ ਆ ਉਹ ਇਹਦੇ ਵਿੱਚ ਕਾਫੀ ਹੱਦ ਤੱਕ ਆ ਜਾਂਦੀ ਆ। ਸੋ ਜਿਹੜੇ ਵੀ ਕਿਸਾਨ ਵੀਰ ਇਸ ਵਰਾਇਟੀ ਬਾਰੇ ਪੁੱਛ ਰਹੇ ਸੀ ਉਹ ਜ਼ਰੂਰ ਆਪਣੇ ਸੁਝਾਅ ਦੇਣ। ਅਤੇ ਕਿਸਾਨ ਵੀਰੋ, ਜਿਹੜੀ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਆ ਉਹ ਇਸ ਵਰਾਇਟੀ ਦੀ ਘੱਟ ਚੁੱਕੀ ਆ। ਪਰ ਕਿਸਾਨ ਵੀਰ ਜਿਹੜੇ ਇਸ ਨੂੰ ਲਗਾਤਾਰ ਬੀਜ ਰਹੇ ਆ ਉਹਨਾਂ ਦਾ ਮੰਨਣਾ ਇਹੀ ਆ ਕਿ ਇਸ ਵਰਾਇਟੀ ਦਾ ਝਾੜ ਆ ਜਿਹੜਾ ਆਪਾਂ ਨੂੰ 24 ਕੁਇੰਟਲ ਤੋਂ ਲੈ ਕੇ 26-27 ਕੁਇੰਟਲ ਤੱਕ ਪ੍ਰਤੀ ਏਕੜ ਦਾ
ਮਿਲ ਜਾਂਦਾ। ਸੋ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਹੋਰ ਕਿਸਾਨਾਂ ਨਾਲ ਵੀ ਸ਼ੇਅਰ ਕਰਿਓ, ਅਤੇ ਜਿਹੜੇ ਨਵੇਂ ਵੀਰ ਜੁੜੇ ਆ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਧੰਨਵਾਦ।